ਪਣਿਆ ਪਤਾ ਲੱਗਾ ਕਿ ਜਵਾਰਾ ਕਲਾਸਾਂ ਦਾ ਹੋਏਗਾ ਕਿਉਂਕਿ ਮੈਂ ਦੇਖਿਆ ਕਈ ਵਾਰੀ ਤੁਸੀਂ ਕਬੱਡੀਆਂ ਵੀ ਪਾਉਂਦੇ ਰਹੇ ਹੋ ਮੈਚਾਂ 'ਚ ਕਈ ਵਾਰੀ ਤੁਹਾਨੂੰ ਕਿਤੇ ਕਿਤੇ ਪਰਖ ਲੈਂਦੇ ਸ਼ੋਅ ਮੈਚਾਂ 'ਚ ਆਈ ਪਰ ਮੈਂ ਤੁਹਾਨੂੰ ਪੈਂਡ ਪੱਦਰ ਤੋਂ ਪਾਉਂਦੇ ਦੇਖਿਆ ਬੜੇ ਤੁਹਾਡੇ ਮੈਚ ਫਸਦੇ ਰਿਹਾ ਪੈਂਡ ਪੱਦਰ ਦੀ ਜੀ ਗੱਲ ਕਰੀਏ ਪੱਤਣਾ ਨਾਲ ਹੋ ਗਿਆ ਬੋਲੇ ਭਾਈ ਹੁਣੀ ਹੁੰਦੇ ਸੀਗੇ ਫਿਰ ਉਧਰੋਂ ਬਡਾਲਾ ਫਟਕ ਹੋ ਗਿਆ ਫਿਰ ਆਪਣੇ ਨਾਲ ਇੱਧਰ ਆਪਣੇ ਖੈਰਾ ਮਾਝਾ ਹੋ ਗਿਆ ਮਸੂਹ ਹੁੰਦੇ ਸੀ ਭਲਵਾਨ ਜੀ ਠੀਕ ਹੈ ਜੀ ਕਿਤੇ ਕਿਤੇ ਫੇ ਮੇਜਰ ਭਲਵਾਨ ਜੀ ਹੁਣਾਂ ਨਾਲ ਗੱਲ ਕਰਾਂਗੇ ਉਹ ਟੀਮਾਂ ਜਿਹੜੀਆਂ ਮੰਗੀ ਹੁਣਾਂ ਨਾਲ ਵੀ ਕਿਤੇ ਜੀ ਜਦੋਂ ਖੇਡਦੇ ਸੀਗੇ ਇਕੱਠੇ ਸਾਰੇ ਸੁਰਖਪਰੀਏ ਇਹ ਜਿਹੜੇ ਇਹਨਾਂ ਬਾਰੇ ਸਾਨੂੰ ਜਰੂਰ ਦੱਸੋ ਜਦੋਂ ਇਹ ਨਾ ਪਲੇਅਰਾਂ ਨਾਲ ਤੁਸੀਂ ਖੇਡਦੇ ਹੁੰਦੇ ਸੀਗੇ ਉਦੋਂ ਤਾਂ ਮੈਂ ਕਹਿੰਦਾ ਸ਼ੌਂਕ ਹੀ ਬੜਾ ਸੀਗਾ ਸ਼ੌਂਕ ਤਾਂ ਅੰਤ ਤੱਕ ਹੁਣ ਵੀ ਤੁਸੀਂ ਮਿਹਨਤ ਵਧੀ ਕਰਦੇ ਰਹਿੰਦੇ ਹੋ ਪਰ ਉਦੋਂ ਕੋਈ ਇਦਾਂ ਦਾ ਮਨ ਚ ਨਹੀਂ ਸੀ ਹੁੰਦਾ ਕਿਉਂਕਿ ਤੁਸੀਂ ਦਾ 89 ਤੇ ਮੇਰਾ ਗੱਲ ਬਾਤ ਆ ਗਿਆ ਹਾਂ 89 ਇੱਥੋਂ ਜਾ ਕੇ ਵੀ ਫਿਰ ਵਾਪਸ ਖੇਡਦੇ ਰਹੇ ਪੰਜਾਬ ਦੇ ਸਾਰੇ ਮੈਚ ਕਿਹਦੇ ਪਿੰਡਾਂ ਦੇ ਤਿੰਨ ਚ ਤਿੰਨ ਚ ਤਾ ਹੋਊਗਾ ਜ਼ਿਆਦਾ ਜਦੋਂ ਮੈਂ ਇੱਥੋਂ ਗਿਆ ਤੇ ਤੋ ਉਹ ਉਹ ਸਟਾਰਟ ਕੀਤੀ ਸੀ ਬਰਮਾਲੀਪੁਰ ਆਪਣਾ ਮੈਚ ਜੀ ਜੀ ਆਪਣਾ ਹੋਇਆ ਗਿਆ ਜੀ 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 ਕੀ ਬਾਤ ਹੈ ਮੈਂ ਕੋਟੇ ਸੁੱਤਾ ਵਿਆ ਸੀ ਤੇ ਉਹਦਾ ਸਾਡੇ ਵੀ ਵੀ ਪਲੇਅਰ ਗਏ ਸੀ ਵੀ ਜੀ ਜੀ ਹਾਂ ਜੀ ਜਾਂ 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 ਆਪਾਂ ਉਹ ਮੈਨੂੰ ਧੱਕੇ ਨਾਲ ਲੈ ਗਿਆ ਭਾਜੀ ਆਇਆ ਮੈਂ ਤੇਰਾ ਕਬੱਡੀਆਂ ਪਾਦੇ ਆਣ ਗਿਆ ਹਾਂ ਤੇ ਉਧਰ ਤੂੰ ਕਬੱਡੀਆਂ ਪਾਦੇ ਹਾਂ ਜਾ ਜਾ ਉਧਰੋਂ ਮੈਂ ਪਾਈ ਜਾਂਦਾ ਸੀ ਕਬੱਡੀਆਂ ਵਧੀਆ ਪਾ ਲੈਂਦੀ ਸੀ ਆ ਤੁਹਾਡੇ ਨਾਲ ਬਾਹੂ ਸੀ ਜਾਫੀ ਆ ਚੀਰਾ ਸੀ ਮੁੰਡਾ ਖੀਰਾ ਸੀਰਾ ਸੀਗਾ ਤੁਹਾਡਾ ਹਾਂ ਜੀ ਉਹ ਵੀ ਸੀਗਾ ਸੀਰਾ ਹਾਂ ਜੀ ਹਾਂ ਜੀ ਵਧੀਆ ਹੁੰਦੀ ਸੀ ਤੁਹਾਡੀ ਟੀਮ ਸਾਰੀ ਮੇਰਾ ਖਿਆਲ ਉਸ ਸਾਲ ਮੋਣਾ ਭਾਜੀ ਵੀ ਗਿਆ ਹੋਏ ਸੀ ਇੰਡੀਆ ਉਦੋਂ ਪਤਾ ਨਹੀਂ ਉਦੋਂ ਮੋਣਾ ਇਹ ਵੀ ਇਹ ਨਹੀਂ ਖੇਡਦੇ ਨਹੀਂ ਚਾਹੁੰਦੇ ਮੋਣਾ ਉਹਨਾਂ ਦੇ ਬਹੁਤ ਘੱਟ ਬਹੁਤ ਘੱਟ ਮੈਚ ਲਾਉਂਦੇ ਸੀ ਇਹ ਪਿੰਡ ਪੰਦਰ ਪਰ ਵੱਡਾ ਨਾਂ ਸੀ ਉਹਨਾਂ ਦਾ ਨਹੀਂ ਵੇਖੋ ਯਾਰ ਤੁਹਾਡਾ ਵੀ ਉਸ ਟਾਈਮ ਅਸੀਂ ਉਦੋਂ ਥੋੜੇ ਜਿਦਾ ਚਲੋ ਅਸੀਂ ਤੇ ਉਦੋਂ ਇਧਰੋਂ ਮੈਂ ਉਦੋਂ ਮੈਂ ਕੈਮ ਹੋ ਗਿਆ ਸੀਗਾ ਪੂਰਾ ਕੈਮ ਸੀ ਉਦੋਂ ਜੀ ਜਦੋਂ ਪੂਰੀ ਤਿਆਰੀ ਸੀ ਉਦੋਂ ਤਿਆਰੀ ਪੂਰੀ ਸੀਗੀ ਅੱਛਾ ਜੇ ਗੱਲ ਕਰੀਏ ਕੈਨੇਡਾ ਦੀ ਕੈਨੇਡਾ ਦੇ ਵਿੱਚ ਤੁਸੀਂ 89 ਦੇ ਵਿੱਚ ਆ ਗਏ ਉਸ ਤੋਂ ਬਾਅਦ 91 ਵਾਲਾ ਕੱਪ ਖੇਡੇ ਹੋ ਹਾਂਜੀ ਅਸੀਂ ਮੈਂ 91 ਵਾਲਾ ਕੱਪ ਕੈਨੇਡਾ ਨੂੰ ਖੇਡੇ ਹਾਂ ਹਾਂ ਉਦੋਂ ਜਿਹੜੇ ਉਦੋਂ ਸਾਡੀ ਕਿਹੜੇ ਕਿਹੜੇ ਸੀ ਉਦੋਂ ਸਾਡੀ ਟੀਮ 'ਚ ਖਿਲਾ ਪਲੇਅਰ ਬਹੁਤ ਜ਼ਿਆਦਾ ਤਕੜਾ ਸੀ ਵਾਹ ਜੀ ਵਾਹ ਇੱਥੇ ਤਾਂ ਦੇਖਿਆ ਕਿਲਾ ਕਿਹੜਾ ਤੂੰ ਨਹੀਂ ਦੇਖਿਆ ਨਹੀਂ ਦੇਖਿਆ ਨਹੀਂ ਨਾਂ ਬੜਾ-ਬੜਾ ਸੁਣਿਆ ਬਹੁਤ ਵੱਡੇ ਵਧੀਆ ਪਲੇਅਰ ਸੀ ਸਾ ਏ ਕਲਾਸ ਵਿੱਚ ਜਿਹਨੂੰ ਏ ਕਲਾਸ ਪਲੇਅਰ ਕਹਿੰਦੇ ਆ ਨਾ ਉਹ ਸੀ ਉਹ ਸੀ ਮੇਨਾ ਖਿਲਾ ਸੀਗਾ ਰਾਣਾ ਸੀਗਾ ਹੂੰ ਰੰਡ ਤੇ ਗੁੱਲੂ ਜੀ ਤੇ ਮੈਂ ਸਾਡੀ ਜਾਫ ਲਾਈਨ ਵਧੀਆ ਸਰ ਕੁ ਰੇਡ ਹੈ ਨਹੀਂ ਸੀ ਉਦੋਂ 91 ਕੈਨੇਡਾ ਦੀ ਟੀਮ ਸੀ ਹੈਨਾ ਨਹੀਂ ਹਾਂ ਨਹੀਂ ਇੰਡੀਆ ਦੇ ਉਹ ਕੈਨੇਡਾ ਜਾਂ ਕਲੀ ਬੈਨਕੂਵ ਉਦੋਂ ਦੋ ਟੀਮਾਂ ਬਣਦੀਆਂ ਹੁੰਦੀਆਂ ਸੀ ਟੋਰਾਂਟੋ ਵੱਖਰੀ ਟੋਰਾਂਟੋ ਦੀ ਟੀਮ ਵੱਖਰੀ ਬਣਦੀ ਸੀ ਤੇ ਬੈਨਕੂਵ ਦੀ ਟੀਮ ਵੱਖਰੀ ਬਣਦੀ ਸਦਾ ਹੀ ਸਦਾ ਹੀ ਵੱਖਰੀਆਂ ਬਣਦੀਆਂ ਰਹੀਆਂ ਟੀਮਾਂ ਬਣਦੀਆਂ ਹਮੇਸ਼ਾ ਸਾਡੇ ਟਾਈਮ 'ਤੇ 91 ਦੇ ਵਿੱਚ ਅਸੀਂ ਇੱਥੇ ਖੇਡੇ ਸੀ ਕਿ ਉਹਨਾਂ ਨੇ ਉਦੋਂ 91 ਦੇ ਬੈਸਟ ਜਿਹੜੇ ਕੱਢੇ ਸੀਗੇ ਸਾਰੇ ਕੱਲੇ-ਕੱਲੇ ਕੱਢੇ ਸੀ ਬੈਨਕੂਵ ਦਾ ਵੱਖਰਾ ਟੋਰਾਂਟੋ ਦਾ ਵੱਖਰਾ ਅਮਰੀਕਾ ਦਾ ਵੱਖਰਾ ਇੰਗਲੈਂਡ ਦਾ ਵੱਖਰਾ ਸਾਰੇ ਉਦੋਂ ਮ अच्छा अ बलवान जी इंग्लैंड ਵੀ ਤੁਸੀਂ ਖੇਡਦੇ ਰਹੇ ਹੋ ইংল্যান্ড ਹਾਂ 93 94 ਫਿੱਡੂ ਨੂੰ ਵੀ ਤੁਸੀਂ ਜੱਫੇ ਲਾਇਆ ਫਿੱਡੂ ਨੂੰ ਵੀ ਜੱਫੇ ਲਾਇਆ ਹਰਜੀਤਨਾ ਵੀ ਹਰਜੀਤ ਨੂੰ ਮਿਲੇ ਹਾਂ ਹਰਜੀਤ ਨੂੰ ਦੇਖੋ ਮੈਂ ਜਦੋਂ ਮੈਂ ਇੱਥੋਂ ਗਿਆ ਉਦੋਂ ਜਦੋਂ ਮੈਂ ਇੱਥੋਂ ਗਿਆ ਤੇ ਉਦੋਂ ਹਰਜੀਤ ਪੂਰੀ ਤਿਆਰੀ ਚ ਸੀ ਜੀ ਪੂਰੀ ਤਿਆਰੀ ਚ ਹਰਜੀਤ ਨੂੰ ਮੇਲੇ ਮੋਲੇ ਜਾ ਕੇ ਹਰਜੀਤ ਕਹਿੰਦਾ ਮੈਂ ਨਹੀਂ ਉਦੋਂ ਇਹ ਇਦਾਂ ਕਰਦਾ ਹੁੰਦਾ ਸੀ ਜਿੱਦਾਂ ਰੱਬ ਉਦੋਂ ਉਦੋਂ ਬਹੁਤ ਇਹ ਨਖਰੇ ਜਿਹਾ ਬਹੁਤ ਕਰਦਾ ਹੁੰਦਾ ਸੀਗਾ ਪਹਿਲਾਂ ਜੋ ਸਟਾਰਟਿੰਗ ਕਵਟੇ ਲੋਕੀ ਉਹ ਤਾਂ ਲਾਈਕ ਹੀ ਬਹੁਤ ਕਰਦੇ ਸੀ ਇਹਨੂੰ ਭਾ ਦੇਦਾ ਆਹ ਉਹਦੋਂ ਫਿਰ ਬਾਅਦ ਚ ਲੋਕੀ ਕਹਿਣ ਲੱਪੇ ਸੀ ਵੀ ਇਹ ਜਿਆਦਾ ਕੰਮ ਕਰਦਾ ਜਿਆਦਾ ਜਦੋਂ ਇਦਾਂ ਕਰਦੇ ਹੁੰਦੇ ਆਂ ਜੀ ਲੋਕ ਤੇ ਉਦੋਂ ਇਹ ਮੈਨੂੰ ਕਹਿੰਦਾ ਇਹ ਜਾਂਦੇ ਨੂੰ ਕਹਿੰਦਾ ਹੁਣ ਨਹੀਂ ਤੇਰੇ ਹੱਥਾਂ ਦਾ ਮੈਂ ਕਹਾ ਇਹ ਤਾਂ ਬਖਤੀ ਜਾਣੂਗਾ ਹਾਂ ਮੈਂ ਕਹਾ ਵੀ ਜਿਹੜਾ ਪਲੇਅਰ ਮੇਰੇ ਨਾਲ ਪਹਿਲੀ ਵਾਰੀ ਖੇਡਦਾ ਮੈਂ ਫੜਦਾ ਹੀ ਫੜਦਾ ਹਾਂ ਹਾਂ ਮੈਂ ਕਹਾ ਜਿਹੜਾ ਮਰਜੀ ਪਲੇਅਰ ਆ ਇਹ ਗੱਲ ਹੀ ਤੁਸੀਂ ਤੇਜ ਬੜੇ ਸੀ ਖੁੱਚ ਪਟਨੀ ਉਹ ਵੀ ਜਿਹੜਾ ਪਲੇਅਰ ਮੇਰੇ ਨਾਲ ਨਾ ਪਹਿਲੀ ਵਾਰੀ ਖੇਡਦਾ ਸੀ ਕੋਈ ਵੀ ਪਲੇਅਰ ਸੀ ਜਿਹੜਾ ਮਰਜੀ ਵੀ ਸੀ ਜੀ 90% 95% ਉਹ ਮੈਂ ਫੜਦਾ ਸੀ ਕੋਈ ਕਿ ਪਤਾ ਨਾ ਦਸਾਂ ਮੈਂ ਤੁਹਾਨੂੰ ਇਸ ਕਰ ਦੇ ਸਪੀਡ ਬੜੀ ਸੀ ਕਰੰਟ ਬੜਾ ਹੈ ਨਾ ਫੇ ਮੈਂ ਇਹ ਉੱਤੇ ਬਡਾਲੇ ਫੜਕ ਪਹਿਲੇ ਮੈਚ ਹੀ ਫੜਿਆ ਪਹਿਲੇ ਮੈਚ ਉੱਥੇ ਫੜਿਆ ਮੈਂ ਖਿਲਾਇਆ ਅਸੀਂ ਬਿਜਲੀ ਬੋਰਡ ਨੂੰ ਜੀ ਤੇ ਮੈਂ ਫੜਿਆ ਉੱਥੇ ਹਰਜੀਤ ਪਾਇਆ 30 ਦਿਨ ਚੌਥੇ ਦਿਨ ਖਾਨੋਵਾਲ ਮੈਚ ਆ ਗਿਆ ਉੱਥੇ ਫਿਰ ਉਹਨਾਂ ਬਿਜਲੀ ਬੋਰਡ ਵਾਲਿਆਂ ਨੇ ਕਿਹਾ ਜਵਾਰੀ ਨੂੰ ਖੜਾ ਲਓ ਚੰਗ ਰਹੋਗੇ ਹੈ ਨਾ ਉੱਥੇ ਮੈਂ ਫੇਟ ਆਇਆ ਵਾਹ ਖਾਨੋਵਾਲ ਵੀ ਫੜਿਆ ਹਰਜੀਤ ਠੀਕ ਆ ਫੇ ਇਹਨੇ ਜਿੰਨੇ ਕਿ ਮੇਰੇ ਮੈਚ ਇਹਦੇ ਲੱਗੇ ਨਾ ਹੁਣ ਜਦੋਂ ਇੰਗਲੈਂਡ ਮੈਚ ਫੇ ਜਦੋਂ ਇਹ ਇੰਗਲੈਂਡ ਮੈਚ ਲਗਿਆ ਇੰਗਲੈਂਡ ਵੀ ਅਜੇ ਇਥੇ ਕਾਲੇ ਹੋਣੀ ਗਵਾਵਾ ਸਾਡੀ ਟੀਮ ਇਹਨੂੰ ਜਿੱਤਦੀ ਸੀ ਤਾਂ ਸਾਡੇ ਕੋਲ ਸਾਡੀ ਟੀਮ ਵਿੱਚ ਜਾਫੀ ਸੀ ਮੈਂ ਮਾਲਬਿੰਦਰ ਅਮਲੀ ਤਿੰਨ ਤੇ ਬਸ ਚੌਥਾ ਮੈਂ ਸੀ ਰਾਈਟ ਤੇ ਰੀਡਰ ਸਾਡੇ ਕੋਲ ਲੱਖਾ ਸੀ ਪਹਿਲੋਂ ਅੱਛਾ ਜੀ ਲੱਖਾ ਦੇ ਨਾਲ ਸੀਗਾ ਰਾਜਨ ਤੇ ਜਦੋਂ ਇਹ ਆਏ ਹਰਜੀਤ ਹੋਣੀ ਰਾਈਟ ਬੀਮਾ ਆਇਆ ਨਾਲ ਇਹਨਾਂ ਦੀ ਹਾਂਜੀ ਬੀਮਾ ਲੈ ਲਿਆ ਅਸੀਂ ਗਾਗੋ ਸੀ ਨਾਲ ਗਾ ਇਹਨਾਂ ਗਾਗੋ ਹੀ ਸਾਡੇ ਕੋਲ ਬੀਮਾ ਆ ਗਿਆ ਲਖੇਣਾ ਰਾਈਟ ਗਾਗੋ ਤਾਂ ਹਰਜੀਤ ਪਾਉਂਦੇ ਸੀ ਕੋਈ ਸ਼ੱਕ ਨਹੀਂ ਬਹੁਤ ਵਧੀਆ ਦੋਨੇ ਰੇਡਾਂ ਦਾ ਪਰ ਮੈਂ ਗਾਗੋ ਨੂੰ ਗਾਗੋ ਹੁਣ ਵੀ ਗਾਗੋ ਨੂੰ ਗਾਗੋ ਨੂੰ ਮੈਂ ਫੜਦਾ ਸੀ ਗਾਗੋ ਮੇਰੇ ਘਰ ਖੇਡਦਾ ਸੀ ਹੂੰ ਜਿਹੜਾ ਬੰਦਾ ਮੇਰੇ ਘਰ ਖੇਡਦਾ ਸੀ ਨਾ ਆਬੀਸਲੀ ਜਿਹੜਾ ਤੁਹਾਡੀ ਰੇਂਜ ਜਿਹੜਾ ਮੇਰੀ ਰੇਂਜ ਜਿਹੜਾ ਮੇਰੇ ਘਰ ਆ ਗਿਆ ਯਾ ਅੱਛਾ ਤੁਹਾਡੀ ਸਪੀਡ ਬੜੀ ਸੀਗੀ ਕਰੰਟ ਹੁਣ ਤੱਕ ਵੀ ਕਿਤੇ ਕੱਪੜੇ ਲਾ ਲਈਏ ਬੰਦੇ ਰੇਡਰ ਦੇ ਪੈਰ ਚੋਂ ਇਦਾਂ ਹੱਥ ਲਾ ਕੇ ਮੁੜ ਜਾਣਾ ਚੰਪ ਲੈਣਾ ਪਿੱਛੇ ਨੂੰ ਫੇਰ ਅੱਗੇ ਜਾ ਕੇ ਆਣਾ ਇਹ ਚੀਜ਼ਾਂ ਆਟੋਮੈਟਿਕਲੀ ਜਾਂ ਸਿੱਖਦੇ ਸੀ ਕੋਈ ਐਕਸਰਸਾਈਜ਼ ਇਦਾਂ ਦੀ ਸੀ ਮਿਹਨਤੀ ਬਹੁਤ ਸੀ ਸਰੀਰ ਦੀ ਆਪਾਂ ਮਿਹਨਤੀ ਨਹੀਂ ਬੜਾ ਕ੍ਰਾਂਚ ਕੁੱਚ ਪਟਣੀ ਗੁੱਟਪਨ ਅੱਜਕੱਲ ਕੋਈ ਆਫੀ ਨਹੀਂ ਬੰਦਾ ਮੈਂ ਇਹ ਦੱਸਣਾ ਚਾਹੁੰਨਾ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਜਾਂ ਜਿਹੜੀ ਜੰਗ ਜਨਰੇਸ਼ਨ ਆ ਜਦੋਂ ਰੇਡਰ ਰੇਡ ਪਾਉਂਦਾ ਉਹਦਾ ਗੁੱਟਪਨ ਕੇ ਖੁੱਛ ਚ ਬੜਨਾ ਇਸ ਟਾਈਮ ਕੋਈ ਕੋਈ ਵੀ ਆਫੀ ਨਹੀਂ ਇਹ ਕੰਮ ਕਰ ਰਿਹਾ ਫਰੋ ਤੁਹਾਡਾ ਇੱਕ ਇਦਾਂ ਦਾ ਹੁੰਦਾ ਸੀ ਬੰਦੇ ਨੂੰ ਪਤਾ ਇੰਨੀ ਫਾਸਟ ਉਹਦਾ ਗੁੱਟ ਭੰਨਣਾ ਕੱਟ ਮਾਰ ਕੇ ਸਿੱਧਾ ਪੱਟ ਨੂੰ ਕੈਂਚੀ ਨਾਲ ਹੀ ਜਿਹੜਾ ਮੇਰੇ ਘਰ ਆ ਜਾਂਦਾ ਸੀ ਨਾ ਉਹ ਵਾਹ ਜੀ ਵਾਹ ਕੁਛ ਪੱਟ ਕੇ ਕਈ ਨੇ ਮੈਂ ਖੜੇ ਦੇਖਿਆ ਤੁਹਾਨੂੰ ਬੜੇ ਬੜੇ ਰੇਡਾ ਮੈਂ ਡੈਗਦਾ ਹੀ ਨਹੀਂ ਸੀਗਾ ਕੁਛ ਪੱਟ ਕੇ ਖੜ ਜਾਣਾ ਖੜਾ ਹੀ ਹੁੰਦਾ ਮੈਂ ਨਹੀਂ ਹਾਂ ਇਹ ਹਜੇ ਇਹਨਾਂ ਨੂੰ ਆ ਜਿੰਨੀਆਂ ਮੇਰੇ ਮੈਂ ਜਿਹੜੀ ਖੋਚ ਪੱਟਦਾ ਹਾਂ ਜੀ ਡੈਗਦਾ ਨਹੀਂਗਾ ਹੂੰ ਤੁਸੀਂ ਸਿੱਧੇ ਖੜਦੇ ਨੇ ਮੈਂ ਦੇਖਿਆ ਅੱਜ ਤਾਂ ਆਪ ਖੇਡੇ ਤੁਹਾਡੇ ਮੇਰੇ ਇਹ ਇਹ ਤੋਂ ਹੀ ਖੋਚ ਆਪਣੇ ਗੋਡੇ ਲਾ ਕੇ ਫੜਦੇ ਆ ਹਨਾ ਫੇਰ ਡੈਗਦੇ ਆ ਤੁਸੀਂ ਮੇਰੇ ਗੋਡੇ ਨਹੀਂ ਲਾਉਂਦਾ ਮੈਂ ਨਹੀਂ ਲੱਗਦਾ ਮੈਂ ਖੋਚ ਤੇ ਕਿ ਡੰਗਾ ਨਹੀਂ ਨਹੀਂ ਮੇ ਹੋ ਗਿਆ ਖੋਚਪਟ ਨਹੀਂ ਹਾਂ ਜਾ ਕਿਸੇ ਨੇ ਜੇ ਕਿਸੇ ਨੇ ਬਾਈ ਜਾਂ ਚੁੱਤੋਂ ਮਾਰੀ ਆ ਝੋਲੀ ਮਾਰੀ ਆ ਫੇਰ ਭੋਂਾ ਕਿਤੇ ਪਾਈ ਜਾਂ ਨਹੀਂ ਪਰ 90% ਮੈਂ ਡੈਗਦਾ ਨਹੀਂ ਚੰਦਾ ਨਹੀਂ ਡੈਗਦਾ ਕੁੰਚ ਫੜ ਕੇ ਕਿਤੇ ਨਾ ਕਿਤੇ ਕੋਈ ਕਈ ਵਾਰੀ ਗਾਂ ਨੂੰ ਲੰਗ ਜਾਂਦੇ ਸੀ ਪਰ ਡੈਗਦੇ ਨਹੀਂ ਸੀ ਤੁਹਾਡੀ ਫੜਾਈ ਤੁਹਾਡੀ ਇੰਦਾਂ ਦੀ ਸੀ ਇੱਕੋ ਹੀ ਫੜਾਈ ਸੀ ਉਹੀ ਫੜਾਈ ਸੀ ਪਰ ਉਸੇ ਫੜਾਈ ਤੇ ਬੜਾ ਲੰਬਾ ਖੇੜੀ ਗਿਆ ਇੱਕੋ ਹੀ ਫੜਾਈ ਯਾਰ ਕੋਈ ਸ਼ੱਕ ਨਹੀਂ ਅੱਛਾ ਬੜਾ ਵਧੀਆ ਖੇੜ ਦੇਣਾ ਫਿੱਡੂ ਭਾਈ ਨਾਲ ਵੀ ਵਧੀਆ ਮੈਚ ਲੱਗੇ ਫਿੱਡੂ ਭਾਈ ਨਾਲ ਨਾ ਸੀ ਉਹਨਾਂ ਦਾ ਬਹੁਤ ਵੱਡਾ ਉਹਨਾਂ ਨੂੰ ਫੜਿਆ ਸਾਡਾ ਫਿੱਡੂ ਭਾਈ ਨਾਲ ਪਹਿਲਾ ਮੈਚ ਮੇਰਾ ਲੱਗਾ ਜਾ ਕੇ ਸਲਾਣੇ ਅੱਛਾ ਖਾਨੇ ਚ ਹਮ ਅਸੀਂ ਗਏ ਮੈਦ ਮੰਗੀ ਗਏ ਦੋਨੇ ਜਾਣੇ ਬਿਜਲੀ ਬੋਡਲ ਨੂੰ ਇਹੀ ਪੰਜਾਬ ਪੁਲਿਸ ਨਾਲ ਅੱਛਾ